जिंदाबाद जिंदाबाद किसानों मजदूरों का हर वर्ग वर्ग का एक जिंदाबाद 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 भारत सरकार मुर्दाबाद 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 सेंटर सरकार मुर्दाबाद 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 भारत वाले लोगों का एक जिंदाबाद जिंदाबाद जिंदाबाद। सत श्री अकाल जी। खेती कानूनों को लैके जिथे पूरे देश के पूरे पंजाब जिहड़ा वा वह धरने प्रदर्शन जिहड़े आ चालू आ। दिल्ली के भी किसान जिहड़े डटे आ। इत्थे निजरपुरा टूल प्लाजे ते किसान संघर्ष कमेटी के जिहड़े नुमाइंदे किसान आ पिछले 6 महीने तो इत्थे डटे हुए ने और वख-वख अपना जथेबंदियों वालों इन्हां नूं समर्थन दिता जा रहा है। अज दिल्ली पब्लिक स्कूल के कुछ नुमाइंदे जिहड़े आ इत्थे आए आ किसान संघर्ष कमेटी नूं अपना समर्थन देण। वो गलबात करदे आ उन्हां नुमाइंदियां नाल। ਵੀਰ ਜੀ, ਅੱਜ ਕਿਸਾਨਾਂ ਦਾ ਜਿਹੜਾ ਮਸਲਾ ਜਿਹੜਾ ਵਾ ਪੂਰੇ ਦੇਸ਼ ਦਾ ਮਸਲਾ ਬਣ ਚੁੱਕਾ ਵਾ ਔਰ ਤੁਸੀਂ ਆਪਣਾ ਦਿੱਲੀ ਪਬਲਿਕ ਸਕੂਲ ਤੋਂ ਸਮਰਥਨ ਦੇਣ ਆ ਰਹੇ ਜੇ ਕਿਸਾਨਾਂ ਨੂੰ, ਇਸ ਸੰਘਰਸ਼ ਕਮੇਟੀ ਦੇ ਵਿੱਚ ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜਾ ਸੰਘਰਸ਼ ਹੈ, ਅਸੀਂ ਜਿੱਤ ਚਾਹੁੰਦੇ ਹਾਂ, ਆਪਣੀ ਕਿਸਾਨ ਸਾਰੇ ਭਰਾਵਾਂ ਦੀ ਜਿੱਤ ਚਾਹੁੰਦੇ ਹਾਂ ਜਿਹੜੇ ਸਾਡੇ ਵਾਸਤੇ ਇੰਨਾ ਰਾਤ ਦਿਨ ਇੱਥੇ ਕਰ ਰਹੇ ਨੇ, ਉਹਨਾਂ ਵਾਸਤੇ ਜਿੱਤ ਸਾਨੂੰ ਜ਼ਰੂਰੀ ਹੈ ਅਤੇ ਮੋਦੀ ਨੂੰ ਹਾਰਨਾ ਚਾਹੀਦਾ, ਹਾਰ ਮੰਨਣੀ ਚਾਹੀਦੀ ਆਪਣੀ। ਮੋਦੀ ਸਰਕਾਰ ਕਹਿ ਰਹੀ ਆ ਵੀ ਇਹ ਸਿਰਫ ਮਤਲਬ ਕਿਸਾਨਾਂ ਦਾ ਮਸਲਾ ਆਪਣਾ ਮਸਲਾ ਹੀ ਆ, ਤੁਸੀਂ ਕਿਸਾਨੀ ਦਾ ਸੰਬੰਧ ਨਹੀਂ ਵੀ ਰੱਖਦੇ, ਫਿਰ ਵੀ ਤੁਸੀਂ ਮਤਲਬ ਇੱਥੇ ਸਮਰਥਨ ਦੇਣ ਆਏ? ਹਾਂਜੀ ਹਾਂਜੀ, ਅਸੀਂ ਅੰਮ੍ਰਿਤਸਰ ਵਾਸੀ ਹਾਂ, ਰਹਿਣ ਵਾਲੇ ਹਾਂ। ਇਹ ਮੇਰੇ ਡਰਾਈਵਰ ਆ ਸਾਰੇ ਦਿੱਲੀ ਪਬਲਿਕ ਸਕੂਲ ਦੇ। ਇਹਨਾਂ ਦੇ ਸਹਿਯੋਗ ਨਾਲ ਅਸੀਂ ਇਹਨਾਂ ਦਾ ਮਦਦ ਕਰਨ ਆਏ ਹਾਂ। ਜੋ ਵੀ ਹੈ ਕਿ ਇਹ ਸਾਡੇ ਵਾਸਤੇ ਲੱਗੇ ਹੋਏ ਨੇ, ਇਹ ਹਟਣਾ ਚਾਹੀਦਾ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਮੋਦੀ ਦੀਆਂ ਨੀਤੀਆਂ ਤੋਂ ਕਾਫੀ ਚਿਰਾਂ ਤੋਂ ਲੋਕ ਪਰੇਸ਼ਾਨ, ਸਾਡੇ ਸਰਕਾਰ ਕਿਸਾਨ ਬੈਠੇ ਨੇ ਰੋਡ ਦੇ ਉੱਤੇ। ਅਸੀਂ ਹਰ ਟਾਈਮ ਉਹਨਾਂ ਦੇ ਨਾਲ ਹਾਂ, ਰਾਤ ਦਿਨ ਇੱਕ ਕਰ ਦਿਆਂਗੇ। ਜਿੱਥੇ ਸਾਡੀ ਲੋੜ ਪਵੇ ਅਸੀਂ ਨਾਲ ਬਲੀ ਦੇਣ ਤੱਕ ਤਿਆਰ ਹਾਂ। ਅਸੀਂ ਦਿੱਲੀ ਪਬਲਿਕ ਸਕੂਲ ਤੋਂ ਸਾਡੇ 40-45 ਡਰਾਈਵਰ ਆ, ਉਹ ਅਸੀਂ ਆਪਸ ਵਿੱਚ ਗ੍ਰਹਿ ਕਰਕੇ ਇਕੱਠੀ ਕਰਕੇ ਇਹਨਾਂ ਦੀ ਮਦਦ ਜਿੰਨੀ ਸਾਡੇ ਕੋਲ ਹੋਊਗੀ ਅਸੀਂ ਕਰਾਂਗੇ। ਅੱਜ ਵੀ ਕੁਛ ਕਰਕੇ ਆਏ ਹਾਂ, ਅੱਗੇ ਤੋਂ ਅਸੀਂ ਹਰ ਟਾਈਮ ਨਾਲ ਹਾਂ ਇਹਨਾਂ ਦੇ। ਜਿੱਥੇ ਸਾਡੀ ਲੋੜ ਹੋਵੇ ਸਾਨੂੰ ਅੱਧੀ ਜ਼ਬਾਨ ਨਾਲ ਕਹਿਣਾ, ਅਸੀਂ ਇੱਥੇ ਪਹੁੰਚਾਂਗੇ। ਹਰ ਟਾਈਮ ਇਹਨਾਂ ਮੋਦੀ ਦੇ ਗੱਲ ਦੇ ਵਿੱਚ ਰੱਸੀ ਪਾ ਕੇ ਧੂਆਂਗੇ, ਜਿੱਦਾਂ ਆਪਣੇ ਇੱਥੇ ਫੋਟੋਆਂ ਲੱਗੀਆਂ। ਇਹੋ ਹਾਲ ਉਹਨਾਂ ਦਾ ਹੋਣਾ ਵੀ ਚਾਹੀਦਾ, ਹੋ ਵੀ ਰਿਹਾ। ਅਤੇ ਕੀ ਲੱਗਦਾ ਤੁਹਾਨੂੰ, ਆਪਣਾ ਮੋਦੀ ਸਰਕਾਰ ਕਿੰਨਾ ਧੱਕਾ ਕਰ ਰਹੀ ਕਿਸਾਨਾਂ ਦੇ ਨਾਲ? ਧੱਕੇ ਦਾ ਕੋਈ ਅੰਤ ਨਹੀਂ ਨਾ, ਜਿੰਨਾ ਹੋ ਰਿਹਾ ਉਹ ਆਪਾਂ ਕਹਿ ਨਹੀਂ ਸਕਦੇ, ਬੋਲ ਨਹੀਂ ਸਕਦੇ। ਜੋ ਧੱਕਾ ਹੋ ਰਿਹਾ ਵਾ, ਕੋਈ ਉਹਦੇ ਵਿੱਚ ਕਮੀ ਨਹੀਂ ਉਹਨੇ ਛੱਡੀ, ਬਾਕੀ ਕਮੀ ਹੋਣਾ ਆਪਾਂ ਵੀ ਨਹੀਂ ਛੱਡਾਂਗੇ। ਉਹਦੇ ਵਿੱਚ ਜਿੱਥੋਂ ਤੱਕ ਸਾਡਾ ਜ਼ੋਰ ਲੱਗੂ, ਆਪਾਂ ਵੀ ਉਹਦੇ ਨਾਲ ਇੱਦਾਂ ਹੀ ਕਰਾਂਗੇ ਜਿੱਦਾਂ ਉਹ ਕਰਦਾ। ਮੈਂ ਅੰਗਰੇਜ਼ ਸਿੰਘ, ਚਾਟੀ ਪਿੰਡ ਸੂਬਾ ਕਮੇਟੀ ਆਗੂ, ਕਿਸਾਨ ਸੰਘਰਸ਼ ਕਮੇਟੀ ਪੰਜਾਬ। ਅਸੀਂ ਪਿਛਲੇ 5.5 ਮਹੀਨਿਆਂ ਤੋਂ ਅੰਮ੍ਰਿਤਸਰ ਦੇ ਕੋਲ ਜੰਡਿਆਲਾ ਗੁਰੂ ਦੇ ਨਿੱਜਰਪੁਰਾ ਟੋਲ ਪਲਾਜੇ 'ਤੇ ਲਗਾਤਾਰ ਧਰਨਾ ਲਾ ਕੇ ਇੱਥੇ ਬੈਠੇ ਹਾਂ ਅਤੇ ਜਦੋਂ ਦਾ 25 ਨਵੰਬਰ ਤੋਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੱਦਾ ਆਇਆ, ਵੱਡੀ ਗਿਣਤੀ ਦੇ ਜਥੇਬੰਦੀ ਨੇ ਉੱਥੇ ਵੀ ਆਪਣਾ ਯੋਗਦਾਨ ਪਾਇਆ ਅਤੇ ਸਾਡੇ ਜਿਹੜੀ ਸਮੂਹ ਜਥੇਬੰਦੀ ਆ ਉੱਥੇ ਬੈਠੀ ਆ ਕਿਸਾਨ ਮੋਰਚੇ ਦੇ ਨਾਲ, ਔਰ ਇੱਥੇ ਹਰ ਤਰ੍ਹਾਂ ਦਾ ਸਹਿਯੋਗ ਮਿਲ ਰਿਹਾ। ਅੱਜ ਵੀ ਤੁਹਾਡੇ ਸਾਹਮਣੇ ਦਿੱਲੀ ਪਬਲਿਕ ਸਕੂਲ ਵਾਲੇ ਇਹ ਬੱਸ ਡਰਾਈਵਰ ਭਾਈਚਾਰਾ ਜਿਹੜਾ ਇੱਥੇ ਆਏ, ਇਹਨਾਂ ਤੋਂ ਪਹਿਲਾਂ ਵੀ ਵੱਖ ਵੱਖ ਸੰਸਥਾਵਾਂ ਦੇ ਲੋਕ ਇੱਥੇ ਪਹੁੰਚਦੇ ਰਹੇ ਆ। ਜਦੋਂ ਆਉਂਦੇ ਆ ਬੜਾ ਮਨ ਨੂੰ ਸਕੂਨ ਮਿਲਦਾ ਅਤੇ ਮਨ ਵਿਸ਼ਵਾਸ ਜਿਹੜਾ ਹੋਰ ਪੱਕਾ ਹੁੰਦਾ ਕਿ ਅਸੀਂ ਸਰਕਾਰ ਦੇ ਨਾਲ ਲੜਨ ਵਾਸਤੇ ਜਿਹੜਾ ਕਦਮ ਚੁੱਕਿਆ ਇਹ ਬਿਲਕੁਲ ਸਹੀ ਆ, ਔਰ ਜਦੋਂ ਸਹਿਯੋਗ ਮਿਲਦਾ ਫਿਰ ਹੋਰ ਹੌਸਲਾ ਪੱਕਾ ਹੁੰਦਾ ਤਾਂ ਅਸੀਂ ਇਸੇ ਤਰ੍ਹਾਂ ਹੀ ਲੜਦੇ ਰਹਾਂਗੇ, ਇਸੇ ਤਰ੍ਹਾਂ ਸਹਿਯੋਗ ਮਿਲਦਾ ਰਹੂਗਾ ਸਾਰੇ ਵੀਰਾਂ ਦਾ। ਕਿਉਂ, ਇੱਕ ਮਸਲਾ ਇਕੱਲੀ ਕਿਸਾਨੀ ਦਾ ਨਹੀਂ ਗਾ, ਕਿਸਾਨੀ ਦੇ ਨਾਲ ਨਾਲ ਜਦੋਂ ਸ਼ਹਿਰੀ ਵਰਗ ਦੇ ਨਾਲ ਗੱਲ ਕਰੀਦੇ ਆ ਤਾਂ ਉਹ ਕਹਿੰਦੇ ਸਰਦਾਰ ਜੀ ਕਿਸਾਨ ਆ ਅਤੇ ਦੁਕਾਨ ਆ, ਜੇ ਕਿਸਾਨ ਆ ਅਤੇ ਹੋਰ ਵਰਗ ਆ, ਦੁਕਾਨ ਆ ਜੇ ਕਿਸਾਨ ਨਹੀਂ ਅਤੇ ਕੁਝ ਵੀ ਨਹੀਂ, ਸਾਰਾ ਕੁਝ ਇਸ ਪ੍ਰਧਾਨ ਮੰਤਰੀ ਨੇ ਅਨਪੜ੍ਹ ਨੇ ਤਹਿਸ ਨਹਿਸ ਕਰਕੇ ਰੱਖ ਦਿੱਤਾ। ਜਦੋਂ ਵੀ ਕਿਤੇ ਇਤਿਹਾਸ ਲਿਖਿਆ ਗਿਆ ਅਤੇ ਹਿੰਦੁਸਤਾਨ ਦੀ ਬਰਬਾਦੀ ਦੇ ਕਾਲੇ ਅੱਖਰਾਂ ਦੇ ਵਿੱਚ ਇਹਨਾਂ ਪੰਨਿਆਂ ਦੇ ਉੱਤੇ ਨਾਂ ਲਿਖਿਆ ਜਾਊਗਾ ਇਸ ਮੋਦੀ ਦਾ, ਔਰ ਇਹਦੇ ਅਸੀਂ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕਰਦੇ ਹਾਂ। ਔਰ ਇਸੇ ਤਰ੍ਹਾਂ ਮੋਰਚਾ ਲਾ ਕੇ ਜਿੰਨਾ ਚਿਰ ਇਹਨੇ ਇਹ ਕਾਲੇ ਕਾਨੂੰਨ ਵਾਪਸ ਨਾ ਲਏ, ਇਸੇ ਤਰ੍ਹਾਂ ਦਿੱਲੀ ਦਾ ਘੇਰਾ ਵੀ ਪੱਕੀ ਤਰ੍ਹਾਂ ਮੱਲ ਕੇ ਬੈਠੇ ਰਹਾਂਗੇ, ਔਰ ਜਿਹੜੇ ਪਿਛਲੇ ਧਰਨੇ ਆ ਜਿਸ ਤਰ੍ਹਾਂ ਇਸੇ ਲੱਗਾ ਉਹ ਵੀ ਜਿਉਂ ਦੇ ਤਿਉਂ ਰਹਿਣਗੇ ਜੀ। ਕਿਸਾਨ ਏਕਤਾ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਮੱਕਲ ਸਿੰਘ ਜੀ, ਕੀ ਲੱਗਦਾ 250 ਤੋਂ ਵੱਧ ਕਿਸਾਨ ਸ਼ਹੀਦ ਹੋ ਗਏ ਆ ਔਰ ਅੰਦੋਲਨ ਜਿਹੜਾ ਵਾ ਕਾਫੀ ਟਾਈਮ ਹੋ ਚੁੱਕਾ ਵਾ, ਫਿਰ ਵੀ ਜਿਹੜੀ ਸਰਕਾਰ ਦੀ ਟਸ ਤੋਂ ਮਤ ਨਹੀਂ ਹੋ ਰਹੀ?
जिहड़ी मोदी सरकार आ ये बहुत ही बशर्म हो चुकी आ। जिन्हां जनता ने वोटा पा के बनाया उन्होंने आवाज़ नहीं सुन रही। तो मैं एक होर बेनती करनी चाहना, जो कल दे अपने प्रोग्राम आ 11 तो 4 बजे तक संयुक्त मोर्चे की जी कॉल आई कल की बंद की, वो मैं अपने यूनियन सारे भरावों बेनती करदा भी कल इतने पहुँचो तो आप बंद को कामयाब बनाइए। तो एक प्रोग्राम अपना 8 तरीक का वा महिलावान का, इतने बीबिया का, उस भी मैं बेनती करना सारे इलाके अपने मीडिया राही ताड़े राही भी इतने वध तो वध पहुँचो तो जोड़े सारे प्रोग्राम आप कामयाब करिए तो कले कानून रद्द करा के ही हटिए। मोदी सरकार मुर्दाबाद मुर्दाबाद मुर्दाबाद। अडानी अंबानी का मोदी दलाल मुर्दाबाद मुर्दाबाद। कारपोरेट घराणियां नूं पंजाब किसानां दी धरती ते पैर नहीं पाउण देंगे।